Shamadan. ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ਾਮਦੀਦ ਡਾਕਟਰ H.S. ਡਾਰਲਿੰਗ ਹੋਰਾਂ ਦੇ ਨਾਲ ਜੁੜਾਂਗੇ ਮਾਮਲਾ ਹੈ ਜੀ ਕੈਂਸਰ ਦਾ ਸੋ ਇੱਕ ਬੜਾ ਹੀ ਡਰਾਵਣਾ ਜਿਹਾ ਸ਼ਬਦ ਹੈ ਕੈਂਸਰ ਹੈ ਭਾਵੇਂ ਬੰਦਾ ਹੈ ਬੱਚਾ ਹੈ ਭਾਵੇਂ ਕੋਈ ਵੀ ਹੈ ਸੋ ਹਰ ਕੋਈ ਇਸ ਨਾਂ ਦੇ ਉੱਤੋਂ ਜਿਹੜੀਆਂ ਉਹਦੀ ਰੂਹ ਤੱਕ ਕੰਬ ਜਾਂਦਾ ਇਕੱਲੀ ਰੂਹ ਤੱਕ ਨਹੀਂ ਕੰਬਦਾ ਉਹਦਾ ਪਰਿਵਾਰ ਵੀ ਕੰਬ ਜਾਂਦਾ ਉਹਦਾ ਆਰਥਿਕ ਹਾਲਾਤ ਵੀ ਕੰਬ ਜਾਂਦੇ ਨੇ ਸਮਾਜਿਕ ਤਾਣਾ ਬਾਣਾ ਵੀ ਜਿਹੜਾ ਉਹ ਹਿੱਲ ਜਾਂਦਾ ਸੋ ਕੀ ਕਾਰਨ ਨੇ ਭਾਰਤ ਦੇ ਵਿੱਚ ਜਿਹੜਾ ਇਸਦੀ ਕਿਹੋ ਜਿਹੇ ਹਾਲਾਤ ਹੈ ਅਤੇ ਪੱਛਮੀ ਦੇਸ਼ਾਂ ਦੇ ਵਿੱਚ ਇਹਦੇ ਕੀ ਹਾਲਾਤ ਨੇ ਇਹਦੇ ਲਈ ਗੱਲਬਾਤ ਕਰਦੇ ਹਾਂ ਡਾਕਟਰ H.S. ਡਾਰਲਿੰਗ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਜੇਕਰ ਕੈਂਸਰ ਵਾਕਿਆ ਇੱਕ ਬੜਾ ਜਿਹਨੂੰ ਆਖਿਆ ਕਿ ਦਰਦਨਾਕ ਡਰਾਵਣਾ ਹਰ ਤਰ੍ਹਾਂ ਨਾਲ ਜਿਹਨੂੰ ਆਪਾਂ ਆਖੀਏ ਕਿ ਇੱਕ ਤਰ੍ਹਾਂ ਨਾਲ ਜਿਵੇਂ ਤੁਸੀਂ ਅਜਿਹੇ ਮਾਹੌਲ ਦੇ ਵਿੱਚ ਪਹੁੰਚ ਜਾਓ ਕਿ ਤੁਹਾਨੂੰ ਸਾਰੇ ਪਾਸਿਓਂ ਡਰਾਵਣੀਆਂ ਆਵਾਜ਼ਾਂ ਆਉਣ ਤਾਂ ਇਹ ਉਹ ਜਿਹਾ ਇੱਕ ਸ਼ਬਦ ਹੈ ਸੋ ਕੀ ਲੱਗਦਾ ਕਿ ਸਭ ਤੋਂ ਪਹਿਲਾਂ ਜੇਕਰ ਆਪਾਂ ਔਰਤਾਂ ਦੀ ਗੱਲ ਕਰੀਏ ਤਾਂ ਔਰਤਾਂ ਦੇ ਕੈਂਸਰ ਦੇ ਉੱਤੇ ਕਿਉਂਕਿ ਔਰਤਾਂ ਦਾ ਹੀ ਦਿਨ ਕੱਲ੍ਹ ਲੰਘਿਆ ਸੋ ਔਰਤਾਂ ਦੀ ਜਿਹੜੀ ਹੈਗੀ ਹੈ ਕੈਂਸਰ ਦੀ ਜਿਹੜੀ ਸੰਭਾਵਨਾ ਹੈ ਉਹ ਕਿੰਨੇ ਪਰਸੈਂਟ ਹੈ ਅਤੇ ਕਿਹੜੇ ਹਾਲਾਤਾਂ ਦੇ ਵਿੱਚ ਜਿਹੜਾ ਕੈਂਸਰ ਜ਼ਿਆਦਾ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਹੁੰਦਾ ਜੀ ਮੈਂ ਸ਼ੁਰੂਆਤ ਦੇ ਵਿੱਚ ਇਹ ਕਹਿਣਾ ਚਾਹੂੰਗਾ ਕਿ ਜਿੱਥੋਂ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਹੈ ਕਿ ਕੈਂਸਰ ਇੱਕ ਬੜਾ ਡਰਾਵਣਾ ਸ਼ਬਦ ਹੈ ਜੁੜਿਆ ਹੋਇਆ ਉਹ ਜਾਇਜ਼ ਹੈ ਜੀ ਬਟ ਇਹ ਹੈ ਕਿ ਜਿਵੇਂ ਆਪਾਂ ਕਿਸੇ ਟੁੱਟੀ ਹੋਈ ਸੜਕ ਤੇ ਚੱਲਦੇ ਹਾਂ ਤਾਂ ਅਗਰ ਉੱਪਰ ਲਾਈਟ ਚੱਲ ਰਹੀ ਹੋਵੇ ਤਾਂ ਆਪਾਂ ਆਪਣੇ ਆਪ ਨੂੰ ਬਚਾ ਕੇ ਚੱਲ ਸਕਦੇ ਹਾਂ ਬਟ ਅਗਰ ਹਨੇਰਾ ਹੈ ਔਰ ਸੜਕ ਵੀ ਟੁੱਟੀ ਹੋਈ ਹੈ ਉਹਦੇ ਚਾਂਸਸ ਨੇ ਕਿ ਸਾਨੂੰ ਸੱਟ ਲੱਗੇਗੀ ਲੱਗੇਗੀ ਜੀ ਤੇ ਆਪਾਂ ਕੈਂਸਰ ਤੋਂ ਪੂਰੀ ਤਰ੍ਹਾਂ ਬਚ ਤਾਂ ਨਹੀਂ ਸਕਦੇ ਕੋਈ ਵੀ ਦੁਨੀਆਂ ਦੇ ਵਿੱਚ ਕੋਈ ਜਿੱਦਾਂ ਮਰਜ਼ੀ ਵੱਡਾ ਡਾਕਟਰ ਹੋਵੇ ਇੰਜੀਨੀਅਰ ਹੋਵੇ ਸਾਇੰਸਦਾਨ ਹੋਵੇ ਕੋਈ ਨੀ ਕਹਿ ਸਕਦਾ ਕਿ ਮੈਨੂੰ ਕੈਂਸਰ ਨਹੀਂ ਹੋ ਸਕਦਾ ਐਪਲ ਦਾ ਜੋ CEO ਹੈ ਤੁਹਾਨੂੰ ਪਤਾ ਹੀ ਹੈ ਹੀ ਉਹਨਾਂ ਦੀ ਵੀ ਪੈਨਕ੍ਰੀਆਸ ਦੇ ਕੈਂਸਰ ਨਾਲ ਡੈਥ ਹੋਈ ਹੈ ਸੋ ਕੈਂਸਰ ਤੋਂ 100% ਗਰੰਟੀ ਤਾਂ ਕੋਈ ਨੀ ਦੇ ਸਕਦਾ ਕਿ ਕਿਵੇਂ ਬਚਿਆ ਜਾ ਸਕਦਾ ਬਟ ਜਿਹੜੀ ਸ਼ੁਰੂਆਤ ਅਸੀਂ ਕਰਨਾ ਚਾਹੁੰਦੇ ਹਾਂ ਉਹ ਇਹ ਹੈ ਕਿ ਕੈਂਸਰ ਬਾਰੇ ਜਾਗਰੂਕ ਹੋਈਏ ਤੇ ਜਿਹੜਾ ਮਤਲਬ ਜਾਇਜ਼ ਡਰ ਹੈ ਉਹ ਤਾਂ ਹੋਣਾ ਬਣਦਾ ਬਟ ਜਿਹੜਾ ਨਾਜਾਇਜ਼ ਡਰ ਹੈ ਜਾਗਰੂਕ ਨਾ ਹੋਣ ਕਰਕੇ ਜਾਣਕਾਰੀ ਨਾ ਹੋਣ ਕਰਕੇ ਉਹ ਨਾਲ ਨਾ ਜੁੜਿਆ ਰਹੇ ਸੋ ਜਿੰਨਾ ਆਪਾਂ ਨੂੰ ਜਾਣਕਾਰੀ ਹੋਏਗੀ ਓਨਾ ਫਾਲਤੂ ਦਾ ਡਰ ਘਟੇਗਾ ਔਰ ਕੈਂਸਰ ਦੀਆਂ ਮਤਲਬ ਜਲਦੀ ਪਹੁੰਚ ਕਰਾਂਗੇ ਆਪਾਂ ਡਾਕਟਰ ਤੱਕ ਤੇ ਜਲਦੀ ਬੈਟਰ ਇਲਾਜ ਹੋ ਸਕਦਾ ਹੁਣ ਤੁਸੀਂ ਪੁੱਛਿਆ ਜਿਹੜਾ ਕਿ ਔਰਤਾਂ ਦੇ ਵਿੱਚ ਕੀ ਅਲੱਗ ਹੈ ਕੈਂਸਰ ਦਾ ਤਾਂ ਔਰਤਾਂ ਦੇ ਵਿੱਚ ਓਵਰਆਲ ਅਗਰ ਅਸੀਂ ਦੇਖੀਏ ਤਾਂ ਮਰਦਾਂ ਦੇ ਵਿੱਚ ਕੈਂਸਰ ਥੋੜਾ ਜਿਹਾ ਔਰਤਾਂ ਨਾਲੋਂ ਜ਼ਿਆਦਾ ਹੁੰਦਾ ਜਿਵੇਂ ਆਪਾਂ ਅਨੁਪਾਤ ਦੇਖੀਏ ਤਾਂ 1.3 ਗੁਣਾ ਜ਼ਿਆਦਾ ਮਰਦਾਂ ਦੇ ਵਿੱਚ ਹੁੰਦਾ ਕੈਂਸਰ ਮਤਲਬ ਕਿ ਅਗਰ ਇੱਕ ਔਰਤ ਨੂੰ ਹੋਏਗਾ ਤਾਂ 1.5 ਦੇ ਲਗਭਗ ਮਰ ਜਾਂ 2 ਔਰਤਾਂ ਨੂੰ ਹੋਏਗਾ ਤਾਂ ਉਹਦੇ ਮੁਕਾਬਲੇ 3 ਮਰਦਾਂ ਨੂੰ ਹੋਏਗਾ ਕੈਂਸਰ ਸੋ ਓਵਰਆਲ ਕੈਂਸਰ ਔਰਤਾਂ ਵਿੱਚ ਥੋੜਾ ਜਿਹਾ ਘੱਟ ਹੈ ਬਟ ਔਰਤਾਂ ਦੇ ਵਿੱਚ ਕੈਂਸਰ ਜਿਹੜੇ ਹੁੰਦੇ ਨੇ ਜ਼ਿਆਦਾ ਉਹਦੇ ਵਿੱਚ ਮਤਲਬ ਓਬਵੀਅਸ ਜ਼ਾਹਿਰ ਤੌਰ ਤੇ ਜਿਹੜੇ ਔਰਤਾਂ ਦੇ ਅੰਗ ਹੈ ਉਹਨਾਂ ਦੀ ਕੈਂਸਰ ਔਰਤਾਂ ਦੇ ਵਿੱਚ ਹੋਣੀ ਹੋਣੀ ਆ ਉਹਦੇ ਮੁਕਾਬਲੇ ਮਰਦਾਂ ਦੇ ਵਿੱਚ ਸਰਵਾਈਕਲ ਦਾ ਕੈਂਸਰ ਹੋ ਗਿਆ ਹਾਂਜੀ ਹਾਂਜੀ ਤੇ ਉਸਦੇ ਇਲਾਵਾ 2-3 ਅੰਗ ਨੇ ਜਿਹਨਾਂ ਦੇ ਵਿੱਚ ਔਰਤਾਂ ਦੇ ਵਿੱਚ ਜਿਹੜੇ ਅੰਗ ਮਰਦਾਂ ਔਰਤਾਂ ਦੋਨਾਂ ਵਿੱਚ ਹੁੰਦੇ ਆ ਬਟ ਔਰਤਾਂ ਦੇ ਵਿੱਚ ਥੋੜੇ ਜਿਹੇ ਜ਼ਿਆਦਾ ਉਹ ਕੈਂਸਰ ਪਾਏ ਜਾਂਦੇ ਉਹ ਥਾਇਰੋਇਡ ਤੇ ਪਿੱਤੇ ਦਾ ਕੈਂਸਰ ਗਲ ਬਲੈਡਰ ਦਾ ਕੈਂਸਰ ਇਹ ਮੇਨਲੀ ਹੈ ਅਦਰਵਾਈਜ਼ ਔਰਤਾਂ ਥੋੜੀਆਂ ਜਿਹੀਆਂ ਪਰਮਾਤਮਾ ਵੱਲੋਂ ਥੋੜੀਆਂ ਜਿਹੀਆਂ ਬਚੀਆਂ ਹੋਈਆਂ ਨੇ ਓਵਰਆਲ ਕੈਂਸਰ ਦੀ ਗਿਣਤੀ ਅਗਰ ਦੇਖੀਏ ਉਹਦਾ ਕਾਰਨ ਇਹ ਸਮਝਿਆ ਜਾ ਸਕਦਾ ਅਜੇ ਉਹਦਾ ਕੋਈ ਪ੍ਰੂਫ ਨਹੀਂ ਹੈ ਕਿ ਸ਼ਾਇਦ ਮਰਦ ਬਾਹਰ ਜ਼ਿਆਦਾ ਵਾਤਾਵਰਨ ਨੂੰ ਫੇਸ ਕਰਦੇ ਆ ਔਖੀਆਂ ਹਾਲਾਤਾਂ ਵਿੱਚ ਕੰਮ ਤੇ ਜਾਂਦੇ ਆ ਔਰਤਾਂ ਥੋੜਾ ਜਿਹਾ ਸਿਕਿਓਰ ਰਹਿੰਦੀਆਂ ਘਰ ਦੇ ਵਿੱਚ ਔਰ ਮਰਦਾਂ ਦੇ ਵਿੱਚ ਸਿਗਰਟ ਨੋਸ਼ੀ ਦੀ ਪ੍ਰਵਿਰਤੀ ਜ਼ਿਆਦਾ ਹੈ ਔਰਤਾਂ 'ਚ ਥੋੜੀ ਜਿਹੀ ਘੱਟ ਹੈ ਸ਼ਾਇਦ ਇਹ ਕਾਰਨ ਹੈ ਜਾਂ ਫਿਰ ਕੁਛ ਹਾਰਮੋਨਸ ਦੇ ਕਾਰਨ ਹੈ ਜਿਹਨਾਂ ਕਰਕੇ ਔਰਤਾਂ ਥੋੜੀ ਜਿਹੀ ਬੱਚਤ ਹੁੰਦੀ ਜਿਵੇਂ ਕਿ ਦਿਲ ਦੀਆਂ ਬਿਮਾਰੀਆਂ ਹਾਰਟ ਅਟੈਕ ਔਰਤਾਂ ਵਿੱਚ ਘੱਟ ਹੁੰਦਾ ਉਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕੁਛ ਹਾਰਮੋਨ ਰਿਸਪੋਂਸੀਬਲ ਹੋ ਸਕਦੇ ਆ ਇਹਦੇ ਵਾਸਤੇ ਜੀ ਸੋ
ਵਰਲਡ ਕੈਂਸਰ ਸਰਚ ਦੀ ਜੇਕਰ ਆਪਾਂ ਕੁਝ ਸਰਵੇਖਣ ਦੀ ਗੱਲ ਕਰੀਏ ਤਾਂ 1.4 crore ਕੈਂਸਰ ਕੇਸਾਂ ਦੇ ਵਿੱਚੋਂ 67% ਜਿਹੜੇ ਆ ਔਰਤਾਂ ਦੇ ਸੀਗੇ। ਸੋ ਕਾਫੀ ਘੱਟ ਸੀਗੇ, ਜਿਵੇਂ ਮੁੱਖ ਕੈਂਸਰ ਛਾਤੀ ਦਾ ਹੋ ਗਿਆ, ਅੰਤੜੀਆਂ, ਬੱਚੇਦਾਨੀ, ਫੇਫੜਾ, ਸਰਵਾਈਕਸ ਤੇ ਅੰਡਕੋਸ਼ ਦਾ ਕੈਂਸਰ ਨੇ। ਜੇਕਰ ਆਪਾਂ ਤਮਾਮ ਗੱਲ ਕਰੀਏ ਤਾਂ ਕੈਂਸਰ ਜਿਹੜਾ ਹੈਗਾ ਵੈਸਟਰਨ ਕੰਟਰੀਜ਼ ਅਤੇ ਭਾਰਤ ਨੂੰ ਕਿਵੇਂ ਡਿਫਰੈਂਸ਼ੀਏਟ ਕਰਦੇ ਨੇ ਆਪਾਂ, ਕਿਉਂਕਿ ਆਪਣੇ ਪੰਜਾਬੀ ਵੈਸਟਰਨ ਕੰਟਰੀਜ਼ 'ਚ ਵੀ ਰਹਿੰਦੇ, ਕੀ ਸਾਡਾ ਅਸੀਂ ਵੈਸਟਰਨ ਕੰਟਰੀ ਦੇ ਵਿੱਚ ਜਨਮ ਲੈ ਕੇ ਜਾਂ ਉੱਥੇ ਦੇ ਮਾਹੌਲ ਦੇ ਵਿੱਚ ਰਹਿ ਕੇ ਵੀ ਸਾਡੇ ਇੰਡੀਅਨ ਜਿਹੜਾ ਨੇ ਉਸੇ ਤਰ੍ਹਾਂ ਨਾਲ ਸਾਡੇ ਹਾਲਾਤ ਜਾਂਦੇ ਨੇ ਕਿ ਉੱਥੇ ਜਾ ਕੇ ਸਾਡੇ ਕੁਛ ਹਾਲਾਤ ਬਦਲ ਜਾਂਦੇ ਨੇ? ਇਹਦੇ ਵਿੱਚ ਨਾ ਬੜੀਆਂ ਚੀਜ਼ਾਂ ਆਉਂਦੀਆਂ। ਆਪਾਂ ਸਿੰਪਲੀ ਇਹ ਨਹੀਂ ਕਹਿ ਸਕਦੇ ਕਿ ਦੁਨੀਆਂ ਵਿੱਚ ਕਿੰਨਾ ਹੈ ਔਰ ਭਾਰਤ ਵਿੱਚ ਕਿੰਨਾ ਹੈ ਜਾਂ ਪੰਜਾਬ ਵਿੱਚ ਕਿੰਨਾ ਹੈ, ਇਹ ਮੁਕਾਬਲਾ ਕੀਤਾ ਹੀ ਨਹੀਂ ਜਾ ਸਕਦਾ। ਕਿਉਂ? ਕਿਉਂਕਿ ਭਾਰਤ ਵਿੱਚ ਕੇਸਾਂ ਦੀ ਰਿਕਾਰਡਿੰਗ ਨਹੀਂ ਹੁੰਦੀ। ਭਾਰਤ ਵਿੱਚ ਰਜਿਸਟ੍ਰੇਸ਼ਨ ਸਿਸਟਮ, ਭਾਰਤ ਵਿੱਚ ਸਿਰਫ ਮਰਦਮਸ਼ੁਮਾਰੀ ਹੁੰਦੀ ਹੈ ਜਾਂ ਵੋਟਾਂ ਵੇਲੇ ਥੋੜਾ ਜਿਹਾ ਸੀਰੀਅਸਲੀ ਗਿਣਤੀ ਕੀਤੀ ਜਾਂਦੀ ਹੈ, ਅਦਰਵਾਈਜ਼ ਕਿਸੇ ਚੀਜ਼ ਦਾ ਹਿਸਾਬ ਕਿਤਾਬ ਓਨਾ ਚੰਗੀ ਤਰ੍ਹਾਂ ਨਹੀਂ ਹੈਗਾ। ਜਿਵੇਂ ਤੁਸੀਂ ਆਪ ਹੀ ਅਗਰ ਸੋਚੋਗੇ ਤੁਹਾਡੇ ਆਲੇ ਦੁਆਲੇ ਵਿੱਚ ਜਿੰਨੇ ਵੀ ਲੋਕਾਂ ਨੂੰ ਕੈਂਸਰ ਹੋਇਆ, ਪਹਿਲੀ ਗੱਲ ਤਾਂ ਲੋਕਾਂ ਨੂੰ ਪਤਾ ਨਹੀਂ ਹੁੰਦਾ, ਲੇਟ ਪਤਾ ਲੱਗਦਾ, ਉਸ ਤੋਂ ਬਾਅਦ ਪਤਾ ਲੱਗਦਾ ਤਾਂ ਉਹ ਇਲਾਜ ਤੱਕ ਨਹੀਂ ਪਹੁੰਚ ਸਕਦੇ। ਅਗਰ ਇਲਾਜ ਤੱਕ ਪਹੁੰਚ ਸਕਦੇ ਆ ਤਾਂ ਜ਼ਿਆਦਾਤਰ ਲੋਕ ਤਾਂ ਬਾਬਿਆਂ ਸਾਧੂਆਂ ਟੋਟੀਆਂ ਵਿੱਚ ਹੀ ਰਹਿ ਜਾਂਦੇ ਆ, ਕੁਛ ਹੀ ਲੋਕ ਡਾਕਟਰ ਤੱਕ ਪਹੁੰਚ ਸਕਦੇ ਆ, ਔਰ ਉਹਦੇ ਵਿੱਚੋਂ ਵੀ ਬਹੁਤ ਘੱਟ ਲੋਕ ਆ ਜਿਹੜੇ ਕਿ ਕੁਆਲੀਫਾਈਡ ਸੁਪਰ ਸਪੈਸ਼ਲਿਸਟ ਡਾਕਟਰ ਕੋਲ ਪਹੁੰਚਦੇ ਆ, ਔਰ ਉਹਦੇ ਵਿੱਚੋਂ ਬਹੁਤ ਹੀ ਘੱਟ ਪਰਸੈਂਟੇਜ ਆ ਜਿਹੜੇ ਕਿ ਸਰਕਾਰੀ ਹਸਪਤਾਲਾਂ ਜਿਵੇਂ ਕਿ ਏਮਸ, PGI ਵਿੱਚ ਜਾਂਦੇ ਆ, ਔਰ ਸਿਰਫ ਉਹੀ ਪੇਸ਼ੈਂਟ ਆ ਜਿਹਨਾਂ ਦਾ ਰਿਕਾਰਡਿੰਗ ਵਿੱਚ ਨਾਮ ਆਉਂਦਾ। ਇਸ ਕਰਕੇ ਅਗਰ 100 ਲੋਕਾਂ ਨੂੰ ਕੈਂਸਰ ਹੁੰਦਾ ਤਾਂ 90 ਤਾਂ ਗਿਣਤੀ ਵਿੱਚ ਹੀ ਨਹੀਂ ਆਉਂਦੇ, ਹਾਂਜੀ ਹਾਂਜੀ, ਸਿਰਫ 10 ਹੀ ਗਿਣਤੀ ਵਿੱਚ ਆਉਂਦੇ ਆ। ਔਰ ਇਹ ਚੀਜ਼ ਹੌਲੀ ਹੌਲੀ ਇੰਪਰੂਵ ਹੋ ਰਹੀ ਹੈ ਜੀ, ਕਿ ਪਹਿਲਾਂ ਬਿਲਕੁਲ ਹੀ ਨਹੀਂ ਸੀ ਰਜਿਸਟਰੀ ਹੁੰਦੀ, ਹੁਣ ਰਜਿਸਟਰੀਆਂ ਸ਼ੁਰੂ ਹੋਈਆਂ ਨੇ ਤਾਂ ਹੁਣ ਕੁਛ ਕੁਛ ਲੋਕ ਗਿਣਤੀ ਵਿੱਚ ਆਉਣ ਲੱਗ ਗਏ। ਤਾਂ ਇਹ ਵੀ ਇੱਕ ਵੱਡਾ ਕਾਰਨ ਹੈ ਜਿਹੜਾ ਆਪਾਂ ਦੇਖ ਰਹੇ ਹਾਂ ਨਾ ਕਿ ਸਰਵੇਆਂ ਵਿੱਚ ਆਉਂਦਾ, ਸਰਵੇਖਣਾਂ ਵਿੱਚ ਕਿ ਕੈਂਸਰ ਦੀ ਵੱਧ ਰਹੀ ਹੈ ਬਹੁਤਾਤ ਜੀ। ਤਾਂ ਉਹਦਾ ਇਹ ਨੀ ਕਿ ਕੈਂਸਰ ਵੈਸੇ ਹੀ ਵੱਧ ਰਿਹਾ, ਉਹ ਵੀ ਇੱਕ ਕਾਰਨ ਹੋ ਸਕਦਾ, ਬਟ ਮੇਨਲੀ ਤਾਂ ਇਹ ਹੈ ਕਿ ਹੌਲੀ ਹੌਲੀ ਰਜਿਸਟ੍ਰੇਸ਼ਨਾਂ ਹੋ ਰਹੀਆਂ ਨੇ, ਲੋਕ ਨਿਗਾਹ ਵਿੱਚ ਆਉਣ ਲੱਗੇ ਔਰ ਗਿਣੇ ਜਾ ਰਹੇ ਆ, ਇਸ ਕਰਕੇ ਥੋੜਾ ਥੋੜਾ ਆਪਾਂ ਦੁਨੀਆਂ ਦੇ ਮੁਕਾਬਲੇ। ਜਦੋਂ ਕਿ ਅਮਰੀਕਾ ਕੈਨੇਡਾ ਦੇ ਵਿੱਚ ਹਰ ਬੰਦੇ ਨੂੰ ਜਿਹੜੀ ਵੀ ਬਿਮਾਰੀ ਹੈ ਪੂਰੀ ਕੰਪਿਊਟਰ ਤੇ ਰਜਿਸਟਰਡ ਰਹਿੰਦੀ ਹੈ, ਉਹ ਜਦੋਂ ਮਰਜ਼ੀ ਕੱਢ ਕੇ ਉਹਦਾ ਪੂਰਾ ਰਿਕਾਰਡ ਦੇਖਿਆ ਜਾ ਸਕਦਾ ਜੀ। ਸੋ ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ ਕਿ ਦੁਨੀਆਂ ਦੇ ਮੁਕਾਬਲੇ ਕਿਵੇਂ ਹੈ, ਬਟ ਅਗਰ ਆਪਾਂ ਭਾਰਤ ਤੇ ਪੰਜਾਬ ਦੀ ਗੱਲ ਕਰੀਏ, ਜਿੰਨਾ ਕੁ ਡੇਟਾ ਆਪਣੇ ਕੋਲ ਅਵੇਲੇਬਲ ਹੈ ਉਸ ਹਿਸਾਬ ਨਾਲ, ਮਤਲਬ ਲਗਭਗ 50% ਡੇਟਾ ਇਹ ਕਹਿ ਰਿਹਾ ਕਿ ਜਿੰਨਾ ਭਾਰਤ ਵਿੱਚ ਕੈਂਸਰ ਹੈ ਉਨਾ ਹੀ ਪੰਜਾਬ ਵਿੱਚ ਕੈਂਸਰ ਹੈ, ਉਨਾ ਹੀ ਪੰਜਾਬ, ਮਤਲਬ ਹਾਂਜੀ 1 lakh ਪਿੱਛੇ 10 ਲੋਕਾਂ ਨੂੰ ਭਾਰਤ ਵਿੱਚ ਹੈ ਔਰ 1 lakh ਪਿੱਛੇ 10 ਲੋਕਾਂ ਨੂੰ ਹੀ ਪੰਜਾਬ ਦੇ ਵਿੱਚ ਹੈ। ਵੈਕਸੀਨ ਵਗੈਰਾ ਨੇ ਜਿਹੜੇ ਉਹ ਕਿਵੇਂ ਕਿਵੇਂ ਤੇ ਕਿਹੜੇ ਵੈਕਸੀਨ ਨੇ ਜਿਹੜੇ ਆਪਾਂ ਕਿਹੜੀ ਉਮਰ ਦੇ ਵਿੱਚ ਰਿਕਮੈਂਡ ਕਰਦੇ ਹੋ ਤੁਸੀਂ? ਹਾਂਜੀ, ਸੋ ਆਪਾਂ ਔਰਤਾਂ ਦੇ ਕੈਂਸਰ ਦੀ ਕਿਉਂਕਿ ਗੱਲ ਜ਼ਿਆਦਾ, ਕੱਲ ਇੰਟਰਨੈਸ਼ਨਲ ਵਿਮਨਸ ਡੇ ਲੰਘਿਆ ਤਾਂ ਪਹਿਲਾਂ ਮੈਂ ਉਹਦੇ ਬਾਰੇ ਦੱਸਦਾ ਤੁਹਾਨੂੰ। ਤਾਂ ਔਰਤਾਂ ਵਿੱਚ ਮੇਨ ਕੈਂਸਰ ਦੀ ਗੱਲ ਕਰੀਏ ਤਾਂ ਛਾਤੀ ਤੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਜਿਹਨੂੰ ਸਰਵਿਕਸ ਕਹਿੰਦੇ ਆ, ਉਹ ਕੈਂਸਰ ਟੋਪ ਦੇ 2 ਕੈਂਸਰ ਨੇ ਜੀ। ਔਰ ਉਹਨਾਂ ਤੋਂ ਬਚਤ ਵਾਸਤੇ ਮੈਮੋਗ੍ਰਾਫੀ ਇੱਕ ਟੈਸਟ ਹੁੰਦਾ, ਮੈਮੋਗ੍ਰਾਫੀ ਹੁੰਦੀ ਹੈ ਇੱਕ ਲੋ ਡੋਜ਼ ਐਕਸਰੇ ਜਿਹਦੇ ਕਿ ਸਾਈਡ ਇਫੈਕਟ ਬਿਲਕੁਲ ਮਾਮੂਲੀ ਹੁੰਦੇ ਆ, ਉਹ ਮੈਮੋਗ੍ਰਾਫੀ ਕਰਨ ਨਾਲ ਆਪਾਂ ਕੈਂਸਰ ਨੂੰ, ਜੇ ਵੈਸੇ ਔਰਤ ਨੂੰ ਕੈਂਸਰ ਛਾਤੀ ਦੇ ਵਿੱਚ ਗੰਢ ਜਦੋਂ 5 cm ਦੀ ਹੋਵੇ ਉਦੋਂ ਪਤਾ ਲੱਗਣ ਲੱਗਣੀ ਹੈ, ਤਾਂ ਉਹਨੇ 1 cm ਦੀ ਪਕੜ ਲੈਣੀ ਹੈ। ਔਰ ਦੂਸਰੀ ਗੱਲ ਇਹ ਹੈ ਕਿ ਉਹਦੇ ਵਿੱਚ ਮੈਮੋਗ੍ਰਾਫੀ ਵਿੱਚ ਕੁਛ ਫੀਚਰ ਹੁੰਦੇ ਆ ਜਿਹਨਾਂ ਤੋਂ ਆਪਾਂ ਦਰਸਾ ਸਕਦੇ ਹਾਂ ਵੀ ਇਹ ਕੈਂਸਰ ਹੋਣ ਦੇ ਜ਼ਿਆਦਾ ਚਾਂਸ ਹੈ। ਔਰਤ ਦੀਆਂ ਛਾਤੀਆਂ ਵਿੱਚ ਗੰਢਾਂ ਤਾਂ ਵੈਸੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਹੁੰਦੀਆਂ, ਹਾਂਜੀ, ਅਗਰ 100 ਔਰਤਾਂ ਦੇ ਛਾਤੀਆਂ ਵਿੱਚ ਗੰਢਾਂ ਨੇ ਤਾਂ ਉਹਦਾ ਵਿੱਚੋਂ 90 ਤਾਂ ਨੋਨ ਕੈਂਸਰਸ ਹੀ ਹੋਣਗੀਆਂ, ਸਿਰਫ 10 ਹੀ ਹੈ ਜਿਹਦੇ ਵਿੱਚ ਸ਼ੱਕ ਹੋਇਆ। ਇਹ ਸ਼ੱਕ ਦੂਰ ਕਿਵੇਂ ਕੀਤਾ ਜਾ ਸਕਦਾ? ਇਹ ਮੈਮੋਗ੍ਰਾਫੀ ਨਾਲ ਕੀਤਾ ਜਾ ਸਕਦਾ। ਮੈਮੋਗ੍ਰਾਫੀ ਇੱਕ ਲੋ ਡੋਜ਼ ਐਕਸਰੇ ਹੈ ਜਿਹੜਾ ਕਿ ਅਸੀਂ ਰਿਕਮੈਂਡ ਕਰਦੇ ਹਾਂ। ਡਾਕਟਰੀ ਸਲਾਹ ਇਹ ਹੈ ਕਿ ਔਰਤਾਂ ਨੂੰ 50 ਦੀ ਉਮਰ ਤੋਂ ਬਾਅਦ ਹਰ ਸਾਲ 1 ਵਾਰੀ, ਔਰ ਅਗਰ 1 ਵਾਰੀ ਨਹੀਂ ਹੋ ਸਕਦਾ ਤਾਂ ਘੱਟੋ ਘੱਟ 2 ਸਾਲਾਂ 'ਚ 1 ਵਾਰੀ ਜੀ, 50 ਤੋਂ 75 ਦੀ ਉਮਰ ਵਿੱਚ ਕਰਵਾਉਣੀ ਚਾਹੀਦੀ ਹੈ ਜੀ। ਔਰ ਜਿਹੜਾ ਬੱਚੇਦਾਨੀ, ਮੈਂ ਪਬਲਿਕ ਕਰਨਾ ਇਹ ਬੱਚੇਦਾਨੀ ਦੇ ਮੂੰਹ ਵਾਲਾ, ਤਾਂ ਇਹ ਸਰਵਾਈਕਲ ਕੈਂਸਰ ਜਿਹੜਾ ਹੈਗਾ ਉਹਦੇ ਵਾਸਤੇ
ਜਿਹੜੇ ਟੈਸਟ ਰਿਕਮੈਂਡ ਕੀਤਾ ਜਾਂਦਾ ਉਹ ਹੈ ਪੈਪਸਮੀਅਰ ਟੈਸਟ। ਪੈਪਸਮੀਅਰ ਟੈਸਟ ਵੀ ਬਹੁਤ ਹੀ ਕਾਮਯਾਬ ਟੈਸਟ ਹੈ ਔਰ ਉਹ ਮਤਲਬ ਇਹ ਕਹਿ ਲਓ ਕਿ ਆਪਾਂ ਅਗਰ ਟੈਸਟ ਕਰੀਏ ਤਾਂ 90% 95% ਔਰਤਾਂ ਨੂੰ ਆਪਾਂ ਕੈਂਸਰ ਦੇ ਐਡਵਾਂਸ ਸਟੇਜ ਤੋਂ ਬਚਾ ਸਕਦੇ ਹਾਂ। ਉਹਦੇ ਵਾਸਤੇ ਰਿਕਮੈਂਡੇਸ਼ਨ ਇਹ 21 ਸਾਲ ਤੋਂ ਉੱਪਰ ਦੀਆਂ ਭੈਣਾਂ ਨੂੰ ਜਾਂ ਬੱਚਿਆਂ ਨੂੰ ਕਹੀਏ ਆਪਾਂ ਹਰ 3 ਸਾਲ ਵਿੱਚ ਇੱਕ ਵਾਰੀ ਪੈਪਸਮੀਅਰ ਕਰਵਾਉਣਾ ਚਾਹੀਦਾ ਔਰ 75 ਸਾਲ ਦੀ ਉਮਰ ਤੱਕ ਕਰਵਾਉਣਾ ਚਾਹੀਦਾ। ਇਹ ਹੈ ਜਦੋਂ ਉਹ ਹਰ ਵਾਰ ਨੈਗੇਟਿਵ ਆ ਰਿਹਾ, ਅਗਰ ਉਹ ਪੋਜੀਟਿਵ ਆ ਰਿਹਾ ਤਾਂ ਤੁਹਾਨੂੰ ਡਾਕਟਰ ਖੁਦ ਹੀ ਦੱਸ ਦੇਗਾ ਕਿ ਓਪਰੇਸ਼ਨ ਕਰਕੇ ਕੱਢੀ ਹੁੰਦੀ ਹੈ ਜਿਸ ਕਾਰਨ ਕਰਕੇ ਰਸੌਲੀ ਹੋ ਗਈ ਜਾਂ ਕੁਛ ਹੋਰ ਹੋ ਗਿਆ, ਉਹਨਾਂ ਲੋਕਾਂ ਨੂੰ ਉਹਨਾਂ ਔਰਤਾਂ ਨੂੰ ਕਰਵਾਉਣ ਦੀ ਲੋੜ ਨੀ ਹੈ ਕਿਉਂਕਿ ਬੱਚੇ ਦਾ ਨਹੀਂ ਕੱਢਦੀ ਤਾਂ ਬੱਚੇ ਦਾ ਕੈਂਸਰ ਕੈਂਸਰ ਹੋ ਹੀ ਨੀ ਸਕਦਾ ਜਦੋਂ ਬੱਚੇ ਦਾ ਨਹੀਂ ਕਰਦਾ। ਹਾਂਜੀ, ਤਾਂ ਔਰਤਾਂ ਦੇ ਟੈਸਟ ਵਿੱਚ ਕੈਂਸਰਾਂ ਵਿੱਚ ਇਹ ਦੋ ਚੀਜ਼ਾਂ ਨੇ ਜਿਹੜੀਆਂ ਮੈਂ ਕਹੂੰਗਾ ਕਿ ਜਲਦੀ ਪਤਾ ਲਗਾਉਣ ਵਾਸਤੇ ਸਕ੍ਰੀਨਿੰਗ ਟੈਸਟ ਇਹਨਾਂ ਨੂੰ ਕਹਿੰਦੇ ਆ ਉਹ ਕੀਤੇ ਜਾ ਸਕਦੇ ਆ। ਜੀ, ਤੇ ਜਿਹੜਾ ਸਰਵਾਈਕਲ ਕੈਂਸਰ ਹੈ ਜੀ ਇਹ ਹੈਲੋ ਹਾਂਜੀ ਸਰਵਾਈਕਲ ਕੈਂਸਰ ਦੀ ਗੱਲ ਕਰ ਰਹੇ ਸੀ, ਇਹ ਕੀ ਇਹ ਕੋਈ ਬੱਚੇਦਾਨੀ ਦੇ ਕੈਂਸਰ ਨਾਲ ਫਰਕ ਹੈ ਜੀ ਇਹਦਾ ਥੋੜਾ ਜਿਹਾ? ਹਾਂ, ਬੱਚੇਦਾਨੀ ਦੇ ਵਿੱਚ ਮੋਟੇ ਤੌਰ ਤੇ 2 ਤਰ੍ਹਾਂ ਦੇ ਕੈਂਸਰ ਹੁੰਦੇ ਆ ਜੀ। ਇੱਕ ਹੁੰਦਾ ਬੱਚੇਦਾਨੀ ਦੇ ਮੂੰਹ ਦਾ ਕੈਂਸਰ, ਨੀਚੇ ਵਾਲੇ ਹਿੱਸੇ ਦਾ ਕੈਂਸਰ। ਇੱਕ ਹੁੰਦਾ ਹੈ ਉੱਪਰ ਵਾਲੇ ਹਿੱਸੇ ਦਾ ਕੈਂਸਰ ਜਿੱਥੇ ਬੱਚਾ ਠਹਿਰਦਾ। ਉੱਪਰ ਦੇ ਹਿੱਸੇ ਦਾ ਕੈਂਸਰ ਹੁੰਦਾ ਜਿਹੜਾ, ਉਹਨੂੰ ਹੁੰਦੇ ਤਾਂ ਹੋਰ ਵੀ ਕਈ ਤਰ੍ਹਾਂ ਦੇ ਬਟ ਉਹ ਬਹੁਤ ਦੁਰਲੱਭ ਹੈ ਜੀ। ਜਿਹੜੇ 2 ਮੇਨ ਨੇ ਉਹ ਹੈ ਐਂਡੋਮੈਟਰੀਅਲ ਕੈਂਸਰ ਜੀ, ਜਿਹਨੂੰ ਯੂਟਰਸ ਦਾ ਕੈਂਸਰ ਜਨਰਲੀ ਕਹਿੰਦੇ ਆ, ਔਰ ਇੱਕ ਹੁੰਦਾ ਮੂੰਹ ਦਾ ਕੈਂਸਰ ਨੀਚੇ ਵਾਲਾ, ਉਹਨੂੰ ਸਰਵਾਈਕਲ ਕੈਂਸਰ ਕਹਿੰਦੇ ਆ ਜੀ। ਜਿਹੜਾ ਐਂਡੋਮੈਟਰੀਅਲ ਕੈਂਸਰ ਹੈ ਉਹ ਆਉਂਦਾ 5ਵੇਂ ਨੰਬਰ ਤੇ ਔਰਤਾਂ ਦੇ ਵਿੱਚ, ਔਰ ਜਿਹੜਾ ਸਰਵਾਈਕਲ ਕੈਂਸਰ ਹੈ ਉਹ ਔਰਤਾਂ ਦੇ ਕੈਂਸਰਾਂ ਵਿੱਚ 2ਵੇਂ ਨੰਬਰ ਤੇ ਆਉਂਦਾ, ਮਤਲਬ ਬਹੁਤ ਜ਼ਿਆਦਾ ਕਾਮਨ ਹੈ ਸਰਵਾਈਕਲ ਕੈਂਸਰ ਜੀ। ਆਪਾਂ ਜਿਹੜੀ ਹੁਣ ਇਸ ਟਾਈਮ ਗੱਲ ਕਰ ਰਹੇ ਹਾਂ ਉਹ ਸਰਵਾਈਕਲ ਕੈਂਸਰ ਦੀ ਗੱਲ ਕਰ ਰਹੇ ਹਾਂ, ਜਿਹੜਾ ਬੱਚੀ ਦਾ ਨਹੀਂ ਕਿ ਮੂੰਹ ਦਾ ਕੈਂਸਰ ਹੈ ਜੀ। ਤੇ ਇਹਨਾਂ ਦੀ ਜਿਹੜਾ ਤੁਸੀਂ ਆਖਿਆ ਕਿ ਇਹਨਾਂ ਦੇ ਡਿਫਰੈਂਟ ਡਿਫਰੈਂਟ ਟੈਸਟ ਨੇ, ਔਨ ਐਨ ਐਵਰੇਜ ਜੇ ਇੰਡੀਆ ਦੀ ਗੱਲ ਕਰੀਏ, ਫੋਰਨ ਆਪਾਂ ਅਮੈਰੀਕਾ ਕੈਨੇਡਾ ਦੀ ਵੀ ਜੇ ਤੁਹਾਡੇ ਕੋਲ ਡੇਟਾ ਤਾਂ ਉਹ ਵੀ ਸਾਨੂੰ ਦੱਸ ਦੇਣਾ, ਪਰ ਕਿਉਂਕਿ ਇਹਦਾ ਕੋਸਟ ਕਿੰਨੀ ਕੁ ਪੈਂਦੀ ਹੈ ਜੀ ਟੈਸਟਾਂ ਦੀ ਅਕਸਰ ਜੇਕਰ ਆਪਾਂ ਗੱਲ ਕਰੀਏ? ਕਿਉਂਕਿ ਅਕਸਰ ਅਗਰ ਆਪਾਂ ਸਰਵਾਈਕਲ ਕੈਂਸਰ ਵਾਸਤੇ ਗੱਲ ਕਰੀਏ ਤਾਂ ਪੈਪਸਮੀਅਰ ਜਿਹੜਾ ਹੈਗਾ ਉਹ ਔਨ ਐਵਰੇਜ 400 ਤੋਂ ਲੈ ਕੇ 500 ਰੁਪਏ ਤੱਕ ਦਾ ਹੋ ਜਾਣਾ ਚਾਹੀਦਾ, ਬਟ ਇਹ ਡਿਪੈਂਡ ਕਰਦਾ ਤੁਸੀਂ ਸਰਕਾਰੀ ਸੈਂਟਰ ਤੇ ਜਾਂਦੇ ਹੋ ਜਾਂ ਪ੍ਰਾਈਵੇਟ ਸੈਂਟਰ ਵਿੱਚ ਜਾਂਦੇ ਹੋ, ਬਟ ਇਸ ਤੋਂ ਜ਼ਿਆਦਾ ਨਹੀਂ, 400-500 ਰੁਪਏ ਦੇ ਵਿੱਚ ਅੱਛੀ ਜਗ੍ਹਾ ਤੋਂ ਟੈਸਟ ਕਰਵਾਇਆ ਜਾ ਸਕਦਾ। ਔਰ ਜਿਹੜਾ ਮੈਮੋਗ੍ਰਾਫੀ ਹੈ ਉਹ 1000 ਤੋਂ ਲੈ ਕੇ 1500 ਰੁਪਏ ਤੱਕ ਉਹਦੀ ਕੋਸਟ ਹੋਣੀ ਚਾਹੀਦੀ। ਤੇ ਡਾਕਟਰ ਸਾਹਿਬ ਕੁਛ ਹੋਣਗੇ ਟੀਕੇ ਵਗੈਰਾ ਹੋਣਗੇ, ਵੈਕਸੀਨ ਵਗੈਰਾ ਹੋਣਗੇ, ਉਹ ਕਿਹੜੀ ਕਿਹੜੀ ਉਮਰ ਦੇ ਵਿੱਚ ਕਿਵੇਂ ਕਿਵੇਂ, ਦੋਨਾਂ ਦੇ ਹੀ ਦੱਸ ਦਿਓ, ਬੱਚਿਆਂ ਲਈ, ਮੇਲ ਐਂਡ ਫੀਮੇਲ ਦੇ ਲਈ ਜੀ। ਹਾਂਜੀ, ਵੈਕਸੀਨ ਦਾ ਇਹ ਹੈ ਕਿ ਆਮ ਤੌਰ ਤੇ ਇਹ ਕਹਿ ਸਕਦੇ ਹਾਂ ਕਿ ਕੈਂਸਰ ਜਿਹੜਾ ਹੈਗਾ ਉਹ ਵੈਕਸੀਨ ਪ੍ਰੀਵੈਂਟੇਬਲ ਬਿਮਾਰੀਆਂ ਵਿੱਚ ਨਹੀਂ ਆਉਂਦਾ ਜੀ, ਬਟ 4 ਤਰ੍ਹਾਂ ਦੇ ਕੈਂਸਰ ਮੁੱਖ ਰੂਪ ਵਿੱਚ 4 ਤਰ੍ਹਾਂ ਦੇ ਕੈਂਸਰ ਨੇ ਜਿਹੜੇ ਕਿ ਇਨਫੈਕਸ਼ਨ ਨਾਲ ਆਉਂਦੇ ਆ ਜੀ। ਵੈਕਸੀਨ ਜਿਹੜੀਆਂ ਵੀ ਬਿਮਾਰੀਆਂ ਵੈਕਸੀਨ ਪ੍ਰੀਵੈਂਟੇਬਲ ਹੁੰਦੀਆਂ, ਵੈਕਸੀਨ ਦੁਆਰਾ ਰੋਕਣਯੋਗ ਹੁੰਦੀਆਂ ਨੇ, ਉਹ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਹੁੰਦੀਆਂ ਨੇ ਜੀ। ਕੈਂਸਰ ਇਨਫੈਕਸ਼ਨ ਤੋਂ ਅਲੱਗ ਹੈ, ਬਟ 4 ਕੈਂਸਰ ਨੇ ਜਿਵੇਂ ਕਿ ਸਰਵਾਈਕਲ ਕੈਂਸਰ ਜੀ, ਮੂੰਹ ਦਾ ਕੈਂਸਰ, ਲਿਵਰ ਦਾ ਕੈਂਸਰ, ਔਰ ਕੁਝ ਲਿੰਫੋਮਾ ਹੁੰਦੇ, ਇੱਕ ਬਲੱਡ ਦੇ ਕੈਂਸਰ ਹੁੰਦੇ ਆ ਜੀ। ਤਾਂ ਲਿੰਫੋਮਾ ਦੇ ਕੈਂਸਰ ਜਿਹੜੇ ਕੈਂਸਰ ਹੈ ਜਿਹੜੇ ਇਨਫੈਕਸ਼ਨ ਹੁੰਦਾ ਉਹ ਬਹੁਤ ਹੀ ਰੇਅਰ ਹੈ, ਔਰ ਜਿਹੜਾ ਲਿਵਰ ਦਾ ਕੈਂਸਰ ਹੈ ਉਹਦੇ ਵਿੱਚ ਹੈਪੇਟਾਈਟਸ ਬੀ ਔਰ ਹੈਪੇਟਾਈਟਸ ਸੀ ਦੀ ਇਨਫੈਕਸ਼ਨ ਜਿਹੜੀ ਹੁੰਦੀ ਹੈ ਜੀ, ਉਹ ਘੱਟੋ ਘੱਟ 50% ਲਿਵਰ ਦੇ ਕੈਂਸਰ ਵਾਸਤੇ ਰਿਸਪੋਂਸੀਬਲ ਹੈ ਜੀ। ਔਰ ਹੈਪੇਟਾਈਟਸ ਬੀ ਤੇ ਸੀ ਵਿੱਚੋਂ ਹੈਪੇਟਾਈਟਸ ਬੀ ਜਿਹੜਾ ਹੈਗਾ ਉਹ ਵੈਕਸੀਨ ਪ੍ਰੀਵੈਂਟੇਬਲ ਹੈ, ਤੁਹਾਨੂੰ ਪਤਾ ਹੈ ਹੈਪੇਟਾਈਟਸ ਬੀ ਦੇ ਟੀਕੇ ਲਵਾਉਂਦੇ ਹਾਂ ਆਪਾਂ ਜੀ ਜੀ। ਔਰ ਪਹਿਲੇ ਔਰ ਦੂਜੇ ਨੰਬਰ ਤੇ ਜਿਹੜੇ ਕੈਂਸਰ ਨੇ ਸਰਵਾਈਕਲ ਕੈਂਸਰ ਤੇ ਮੂੰਹ ਦਾ ਕੈਂਸਰ, ਇਹ ਦੋਨੋਂ ਕੈਂਸਰ ਹਿਊਮਨ ਪੈਪੀਲੋਮਾ ਵਾਇਰਸ ਨਾਲ ਹੁੰਦੇ ਆ ਜੀ। ਹਿਊਮਨ ਪੈਪੀਲੋਮਾ ਵਾਇਰਸ ਜਿਹੜਾ ਹੈਗਾ ਸਰਵਾਈਕਲ ਕੈਂਸਰ ਦੇ 99% ਸਰਵਾਈਕਲ ਕੈਂਸਰ ਹਿਊਮਨ ਪੈਪੀਲੋਮਾ ਵਾਇਰਸ ਨਾਲ ਹੁੰਦਾ, 30% ਮੂੰਹ ਦਾ ਕੈਂਸਰ ਹਿਊਮਨ ਪੈਪੀਲੋਮਾ ਵਾਇਰਸ ਨਾਲ ਹੁੰਦਾ। ਇਹ ਦੋਨੋਂ ਕੈਂਸਰ ਵੈਕਸੀਨ ਪ੍ਰੀਵੈਂਟੇਬਲ ਨੇ ਜੀ, ਤਾਂ ਆਪਾਂ ਜਦੋਂ ਵੈਕਸੀਨ ਲਗਾ ਲੈਂਦੇ ਹਾਂ ਤਾਂ ਇਹ ਕੈਂਸਰ ਜਿਹੜੇ ਹੈਗੇ ਆ ਇਹਨਾਂ ਨੂੰ ਵੈਕਸੀਨ ਦੀ ਜਿਹੜੀ ਸ਼ਕਤੀ ਹੈ ਕੈਂਸਰ ਨੂੰ ਰੋਕਣ ਦੀ ਉਹ 95% ਤੋਂ ਵੀ ਜ਼ਿਆਦਾ ਹੈ ਜੀ। ਤਾਂ ਆਪਾਂ ਬੱਚੇਦਾਨੀ ਦੇ ਕੈਂਸਰ ਵਾਸਤੇ ਔਰ ਮੂੰਹ ਦੇ ਕੈਂਸਰ ਵਾਸਤੇ, ਮੂੰਹ ਦਾ ਕੈਂਸਰ ਔਰਤਾਂ ਨੂੰ ਵੀ ਹੋ ਸਕਦਾ
ਮਰਦਾਂ ਨੂੰ ਵੀ ਹੋ ਸਕਦਾ, ਬੱਚੇ ਦਾ ਨਹੀਂ ਔਰਤਾਂ ਵਿੱਚ ਹੀ ਹੁੰਦੀ ਹੈ ਤਾਂ ਔਰਤਾਂ ਨੂੰ ਹੀ ਹੋਏਗਾ, ਪਰ ਕਿਉਂਕਿ ਮੂੰਹ ਦਾ ਕੈਂਸਰ ਵੀ ਹੁਣ ਜ਼ਿਆਦਾ ਹੋਣ ਲੱਗ ਗਿਆ ਪਹਿਲਾਂ ਨਾਲੋਂ, ਇਸ ਕਰਕੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਹਿਊਮਨ ਪੈਪੀਲੋਮਾ ਵਾਇਰਸ ਦੀ ਜਿਹੜੀ ਵੈਕਸੀਨ ਹੈ ਉਹ ਬੱਚਿਆਂ ਆਪਣਾ ਲੜਕਿਆਂ ਵਾਸਤੇ ਵੀ ਰਿਕਮੈਂਡ ਕੀਤੀ ਹੈ ਪਿਛਲੇ 3 ਸਾਲਾਂ ਤੋਂ। ਜੀ ਜੀ, ਰਿਕਮੈਂਡੇਸ਼ਨ ਜਿਹੜੀ ਹੈਗੀ ਹੈ ਡਾਕਟਰੀ ਸਲਾਹ ਉਹ 9 ਸਾਲ ਦੀ ਉਮਰ ਤੋਂ ਲੈ ਕੇ 12 ਸਾਲ ਦੀ ਉਮਰ ਦੇ ਵਿੱਚ ਸਾਰੇ ਨੂੰ ਵੈਕਸੀਨ ਸਾਰੇ ਬੱਚਿਆਂ ਨੂੰ ਹੀ ਲੱਗ ਰਹੀ ਹੈ, ਮੇਲ ਫੀਮੇਲ ਨੂੰ ਸਾਰਿਆਂ ਨੂੰ, ਸਾਰੇ ਬੱਚਿਆਂ ਨੂੰ। ਹਾਂਜੀ, 3 ਸਾਲ ਪਹਿਲਾਂ ਤੱਕ ਇਹ ਸਿਰਫ ਲੜਕੀਆਂ ਵਾਸਤੇ ਸੀ ਜੀ, 2014 ਤੋਂ ਜਾਂ 15 ਤੋਂ ਇਹ ਬੱਚਿਆਂ ਵਾਸਤੇ ਵੀ ਲੜਕਿਆਂ ਵਾਸਤੇ ਵੀ ਲਾਗੂ ਕਰ ਦਿੱਤੀ ਗਈ ਹੈ ਜੀ। ਹਾਲਾਂਕਿ ਭਾਰਤ ਵਿੱਚ ਇਹ ਓਨੇ ਜ਼ੋਰ ਨਾਲ ਨਹੀਂ ਹੈ, ਮਤਲਬ ਜੋ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਹੈ ਉਹਦੇ ਵਿੱਚ ਅਜੇ ਇਹ ਨਹੀਂ ਆਈ ਹੈ, ਬਟ ਜਿਹੜੀਆਂ ਇੰਡੀਅਨ ਐਸੋਸੀਏਸ਼ਨ ਆਫ ਪੀਡੀਆਟ੍ਰਿਕਸ ਹੈ ਉਹਨਾਂ ਦੀ ਰਿਕਮੈਂਡੇਸ਼ਨ ਵਿੱਚ ਇਹ ਹੈਗੀ ਹੈ ਜੀ। ਤਾਂ ਇਹ ਵੈਕਸੀਨ ਜਿਹੜੀ ਹੈ 9 ਤੋਂ 12 ਸਾਲ ਦੀ ਉਮਰ ਦੇ ਲੜਕਿਆਂ ਤੇ ਲੜਕੀਆਂ ਨੂੰ 2 ਟੀਕੇ ਲਗਾਉਣੇ ਚਾਹੀਦੇ ਹੈ ਜੀ। ਤੇ ਜੇ ਕਿਤੇ ਖੋਜੇ ਬੰਦਾ ਜੀ, ਜੇ ਕਿਤੇ ਬੱਚੇ ਦੇ, ਚਲੋ ਹੁਣ ਪਤਾ ਲੱਗ ਗਿਆ ਕਿ ਸਾਡੇ ਲਿਸਨਰ ਦੁਨੀਆ ਭਰ ਦੇ ਵਿੱਚ ਇਸ ਵਕਤ ਸਾਨੂੰ ਸੁਣ ਰਹੇ ਨੇ, ਉਹਨਾਂ ਦੇ ਬੱਚੇ ਵੱਡੇ ਹੋ ਗਏ ਤਾਂ ਕਿੰਨੇ ਸਾਲ ਦੀ ਉਮਰ ਤੱਕ ਇਹ ਲੱਗ ਸਕਦੇ ਨੇ? ਹਾਂਜੀ, ਜੇ ਬੱਚੇ ਵੱਡੇ ਹੋ ਗਏ ਤਾਂ ਲੜਕਿਆਂ ਦੇ ਵਿੱਚ 21 ਸਾਲਾਂ ਦੀ ਉਮਰ ਤੱਕ ਤੇ ਲੜਕੀਆਂ ਦੇ ਵਿੱਚ 26 ਸਾਲਾਂ ਦੀ ਉਮਰ ਤੱਕ ਆਪਾਂ ਇਹ ਵੈਕਸੀਨ ਕੰਪਲੀਟ ਕਰ ਸਕਦੇ ਹਾਂ ਜੀ, ਬਟ ਫਿਰ ਆਪਾਂ ਨੂੰ 2 ਦੀ ਬਜਾਏ 3 ਟੀਕੇ ਲਗਾਏ ਪੈਣਗੇ। ਠੀਕ ਹੈ ਜੀ, ਊਂ ਅਕਸਰ 2 ਲੱਗਦੇ ਨੇ ਮਤਲਬ ਕਿ 6 ਤੋਂ 12 ਮਹੀਨਿਆਂ ਦੇ ਫਰਕ ਦੇ ਵਿੱਚ, ਤੇ ਫਿਰ ਇਹ 3 ਟੀਕੇ ਲੱਗਣਗੇ ਮਤਲਬ ਕਿ ਜਿਹੜਾ ਸਰਵਾਈਕਲ ਜਿਹੜਾ ਕੈਂਸਰ ਹੈਗਾ ਕੀ ਇਹਦੀ ਹਾਈਜੀਨ ਨਾਲ ਸਫਾਈ ਨਾਲ ਸੰਬੰਧ ਹੈ ਕਿ ਕਈ ਔਰਤਾਂ ਜਿਹੜੀਆਂ ਨੇ ਉਹ ਪੀਰੀਅਡਸ ਵੇਲੇ ਜ਼ਿਆਦਾ ਸਫਾਈ ਨਹੀਂ ਰੱਖਦੇ ਜਾਂ ਕਈ ਜਿਹੜੇ ਲੋਕ ਨੇ ਉਹ ਪੀਰੀਅਡਸ ਦੇ ਵਿੱਚ ਇੰਟਰਕੋਰਸ ਕਰ ਲੈਂਦੇ ਨੇ, ਕਿ ਉਹਦੇ ਨਾਲ ਇਸ ਕੈਂਸਰ ਦਾ ਜਾਂ ਕੋਈ ਇਹੋ ਜਿਹੀ ਸਥਿਤੀ ਪੈਦਾ ਹੁੰਦੀ ਹੈ, ਕੀ ਅਵੋਇਡ ਕਰਨਾ ਚਾਹੀਦਾ ਇਸ ਸਮੇਂ ਤੇ? ਜੀ, ਇਹ ਬਹੁਤ ਵਧੀਆ ਕੁਐਸਚਨ ਹੈ ਔਰ ਇਹ ਐਕਚੁਅਲੀ ਪ੍ਰੈਕਟੀਕਲ ਕੁਐਸਚਨ ਹੈ ਜਿਹੜਾ ਕਿ ਕਿਤਾਬਾਂ ਵਿੱਚ ਆਪਾਂ ਨੂੰ ਇਹਦਾ ਆਨਸਰ ਨਹੀਂ ਮਿਲਦਾ। ਜੀ ਜੀ, ਮੈਂ ਇਹ ਕਹਿਣਾ ਚਾਹੂੰਗਾ ਕਿ ਆਮ ਤੌਰ ਤੇ ਸਫਾਈ, ਦੇਖੋ ਕੋਈ ਜਾਣ ਬੁੱਝ ਕੇ ਤਾਂ ਔਰਤ ਐਸਾ ਏਦਾਂ ਕਰੇਗੀ ਨਹੀਂ ਕਿ ਉਹ ਸਫਾਈ ਨਾ ਰੱਖੇ, ਸੋ ਆਪਾਂ ਨੂੰ ਮਤਲਬ ਮਿਸਲੀਡ ਹੋਣ ਦੀ ਲੋੜ ਨਹੀਂ ਹੈ ਜੀ। ਇੱਕ ਮੈਂ ਤੁਹਾਨੂੰ ਉਦਾਹਰਣ ਦਿੰਦਾ, ਬੜੀ ਹੈਰਾਨੀਜਨਕ ਇਹ ਫੈਕਟ ਸਾਹਮਣੇ ਆਇਆ ਕਿ ਜਿਹੜੇ ਮੁਸਲਮਾਨ ਭਰਾ ਨੇ, ਮੁਸਲਮਾਨ ਭੈਣਾਂ ਨੇ, ਉਹਨਾਂ ਵਿੱਚ ਸਰਵਾਈਕਲ ਕੈਂਸਰ ਘੱਟ ਪਾਇਆ ਜਾਂਦਾ ਹਿੰਦੂ ਜਾਂ ਬਾਕੀਆਂ ਨਾਲੋਂ, ਤਾਂ ਉਹਦਾ ਕਾਰਨ ਇਹ ਹੈ ਕਿ ਮੁਸਲਮਾਨਾਂ ਦੇ ਵਿੱਚ ਸਰਕਮਸੀਜ਼ਨ ਦੀ ਪ੍ਰਥਾ ਫੋਲੋ ਹੁੰਦੀ ਹੈ। ਸੋ ਮੈਂ ਉੱਥੇ ਪਹੁੰਚਣਾ ਚਾਹੁੰਦਾ ਕਿ ਸਫਾਈ ਔਰਤ ਦੀ ਨਹੀਂ ਬਲਕਿ ਸਫਾਈ ਮਰਦ ਦੀ ਜ਼ਰੂਰੀ ਹੈ ਜੀ ਜੀ। ਤਾਂ ਜਿਹੜਾ ਮਰਦ ਦਾ ਲਿੰਗ ਹੈ ਉਹਦੇ ਚ ਜਦੋਂ ਆਪਾਂ ਸਰਕਮਸੀਜ਼ਨ ਕਰਨਾ, ਸਰਕਮਸੀਜ਼ਨ ਮਤਲਬ ਜਿਹੜਾ ਅੱਗੇ ਵਾਲਾ ਭਾਗ ਕੱਟ ਦਿੰਦੇ ਹਾਂ, ਤਾਂ ਉਹ ਨੈਚੁਰਲੀ ਉਹ ਸਫਾਈ ਜ਼ਿਆਦਾ ਰਹਿੰਦੀ ਹੈ। ਮੁਸਲਮਾਨ ਜਿਹੜੇ ਕੱਟ ਦਿੰਦੇ ਆ, ਉਹ ਜਿਹਨਾਂ ਦੇ ਵਿੱਚ ਨਹੀਂ ਕੱਟਦੇ ਉਹ ਥੋੜਾ ਜਿਹਾ ਉੱਥੇ ਗੰਦਗੀ ਰਹਿੰਦੀ ਹੈ ਜਿਹਦੇ ਵਿੱਚੋਂ ਇਨਫੈਕਸ਼ਨ ਦਾ ਚਾਂਸ ਜ਼ਿਆਦਾ ਰਹਿੰਦਾ ਜੀ। ਸਿੱਧੇ ਰੂਪ ਤੇ ਤਾਂ ਨਹੀਂ, ਬਟ ਅਸਿੱਧੇ ਰੂਪ ਤੇ ਇਹ ਸਾਬਿਤ ਕਰਦਾ ਕਿ ਸਫਾਈ ਮਰਦਾਂ ਦੀ ਜ਼ਰੂਰੀ ਹੈ ਔਰਤ ਨਾਲੋਂ, ਡੈਫੀਨੇਟਲੀ ਔਰਤ ਨੂੰ ਵੀ ਸਫਾਈ ਰੱਖਣੀ ਚਾਹੀਦੀ ਹੈ, ਬਟ ਇਹਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿ ਪੀਰੀਅਡ ਹੁੰਦੇ ਹੋ ਸਫਾਈ ਨਹੀਂ ਰੱਖੀ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ। ਕੈਂਸਰ ਦੀ ਡਿਸਕਸ਼ਨ ਤਾਂ ਬਹੁਤ ਲੰਬੀ ਕੀਤੀ ਜਾ ਸਕਦੀ ਹੈ, ਮੈਂ ਇਹ ਸੁਨੇਹਾ ਇੱਕ ਜ਼ਰੂਰ ਦੇਣਾ ਚਾਹੂੰਗਾ ਜੀ ਕਿ ਭਾਰਤ ਵਿੱਚ ਜਾਂ ਪੰਜਾਬ ਵਿੱਚ ਜ਼ਿਆਦਾ ਮੌਤਾਂ ਕੈਂਸਰ ਨਾਲ ਹੋ ਜਾਂਦੀਆਂ ਨੇ ਕੰਪੇਅਰ ਟੂ ਵੈਸਟ। ਉਹਦਾ ਇੱਕ ਮੇਨ ਕਾਰਨ ਇਹ ਹੈ ਕਿ ਆਪਾਂ ਭਾਰਤ ਵਿੱਚ ਜਦੋਂ ਬਿਮਾਰੀ ਪਹੁੰਚਦਾ ਡਾਕਟਰ ਕੋਲ, ਮਰੀਜ਼ ਬਹੁਤ ਐਡਵਾਂਸ ਹੋ ਚੁੱਕੀ ਹੁੰਦੀ ਜੀ ਜੀ, ਤਾਂ ਕੋਸ਼ਿਸ਼ ਕਰੋ ਕੈਂਸਰ ਬਾਰੇ ਜਾਗਰੂਕ ਹੋਵੋ ਤਾਂ ਜੋ ਆਪਾਂ ਜਲਦੀ ਹੀ ਪਹਿਲੀਆਂ ਸਟੇਜਾਂ ਦੇ ਕੈਂਸਰ ਨੂੰ ਪਕੜ ਸਕੀਏ, ਤਾਂ ਜੋ ਬੈਟਰ ਇਲਾਜ ਹੋ ਕੇ ਇਨਸਾਨ ਕਿਓਰ ਕਰ ਸਕੀਏ ਔਰ ਲੰਬਾ ਜ਼ਿੰਦਗੀ ਇਨਸਾਨ ਜੀ ਸਕੇ। ਦੂਸਰਾ ਮੈਸੇਜ ਮੈਂ ਤੁਹਾਡੇ ਜ਼ਰੀਏ ਹੀ ਦੇਣਾ ਚਾਹੂੰਗਾ ਕਿ ਕੈਂਸਰ ਜੋ ਹੈ ਛੂਆ ਛੂਤ ਦੀ ਬਿਮਾਰੀ ਨਹੀਂ ਹੈ ਜੀ ਜੀ। ਕੈਂਸਰ ਵਾਲੇ ਮਰੀਜ਼ ਨੂੰ ਓਨਾ ਹੀ ਪਿਆਰ ਦਿਓ, ਉਹਨੂੰ ਜ਼ਿਆਦਾ ਪਿਆਰ ਦਾ ਹੱਕ ਹੈ ਕਿਉਂਕਿ ਉਹ ਮੌਤ ਨਾਲ ਲੜ ਰਿਹਾ ਹੁੰਦਾ, ਤੇ ਕੈਂਸਰ ਵਾਲੇ ਮਰੀਜ਼ ਨਾਲ ਹੱਥ ਮਿਲਾਉਣ ਨਾਲ, ਉਹਨੂੰ ਖਾਣਾ ਦੇਣ ਨਾਲ, ਉਹਨੂੰ ਜੱਫੀ ਪਾਉਣ ਨਾਲ ਇਸ ਤਰ੍ਹਾਂ ਕੈਂਸਰ ਨਹੀਂ ਫੈਲਦਾ। ਕੋਈ ਕੈਂਸਰ ਨਹੀਂ ਹੈ ਜਿਹੜਾ ਟੱਚ ਕਰਨ ਨਾਲ ਫੈਲਦਾ ਹੈ ਜੀ ਜੀ। ਸੋ ਕੈਂਸਰ ਵਾਲੇ ਮਰੀਜ਼ ਤੋਂ ਛੂਆ ਛੂਤ ਜਾਂ ਉਹਨੂੰ ਸੋਸਾਇਟੀ ਤੋਂ ਦੂਰ ਨਾ ਕਰੋ, ਉਹਨੂੰ ਪਿਆਰ ਦਿਓ, ਉਹਦੀਆਂ ਮੁਸ਼ਕਲਾਂ ਸ਼ੇਅਰ ਕਰੋ ਤਾਂ ਜੋ ਆਪਣੀ ਫੈਮਿਲੀ ਦੀਆਂ
ਜਿਹੜੀਆਂ ਜ਼ਿੰਮੇਵਾਰੀਆਂ ਉਹ ਚੰਗੀ ਤਰ੍ਹਾਂ ਨਿਭਾ ਸਕੇ, ਔਰ ਅਗਰ ਉਹ ਕਿਸੇ ਤਰ੍ਹਾਂ ਨਾਲ ਮੌਤ ਵੀ ਹੋ ਜਾਂਦੀ ਹੈ ਤਾਂ ਉਹ ਸ਼ਾਂਤੀ ਨਾਲ ਇਸ ਦੁਨੀਆਂ ਤੋਂ ਜਾ ਸਕੇ। ਜੀ ਅੱਛਾ ਡਾਕਟਰ ਸਾਹਿਬ, ਜਾਣ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਗੁਜ਼ਾਰਿਸ਼ ਕਰੂੰਗਾ ਕਿ ਥੋੜ੍ਹੀ ਜਿਹੀ ਇੰਟਰੋਡਕਸ਼ਨ ਸਾਡੇ, ਕਿਉਂਕਿ ਲਿਸਨਰ ਅਮੈਰੀਕਾ, ਕੈਨੇਡਾ, ਆਸਟ੍ਰੇਲੀਆ, ਇੰਡੀਆ 'ਚ ਸਾਰੇ ਪਾਸੇ ਇਸ ਵਕਤ ਸਾਨੂੰ ਸੁਣ ਰਹੇ ਨੇ, ਜੇਕਰ ਉਹ ਤੁਹਾਨੂੰ ਮਿਲਣਾ ਚਾਹੁਣ ਜਾਂ ਕਿਸੇ ਪ੍ਰਕਾਰ ਦੀ ਤੁਹਾਡੇ ਨਾਲ ਸਲਾਹ ਕਰਨਾ ਚਾਹੁਣ ਤਾਂ ਤੁਹਾਨੂੰ ਕਿੱਥੇ ਮਿਲ ਸਕਦੇ ਨੇ, ਕਿਹੜੇ ਨੰਬਰ 'ਤੇ ਉਪਲਬਧ ਹੋ, ਅਤੇ ਤੁਸੀਂ ਇਸ ਵਕਤ ਕਿੱਥੇ ਹੋ ਅਤੇ ਕਿਸ ਪੋਜੀਸ਼ਨ 'ਤੇ ਹੋ? ਜੀ ਜੀ ਜੀ, ਮੈਂ ਮੈਡੀਕਲ ਓਨਕੋਲੋਜੀ ਕਹਿੰਦੇ ਨੇ, ਕੈਂਸਰ ਦੀ ਇੱਕ ਬ੍ਰਾਂਚ ਹੈ ਜਿਹਦੇ 'ਚ ਅਸੀਂ ਮਤਲਬ ਅਸੀਂ ਮੇਨਲੀ ਕੀਮੋਥੈਰੇਪੀ ਨਾਲ ਡੀਲ ਕਰਦੇ ਹਾਂ ਜੀ। ਸੋ ਮੈਂ ਮੈਡੀਕਲ ਓਨਕੋਲੋਜਿਸਟ ਹਾਂ ਔਰ ਮੈਂ ਆਰਟੀਮਿਸ ਹੋਸਪਿਟਲ ਗੁੜਗਾਓਂ ਦੇ ਵਿੱਚ ਕੰਮ ਕਰ ਰਿਹਾ ਇਸ ਟਾਈਮ ਜੀ, ਔਰ ਮੇਰਾ ਮੋਬਾਈਲ ਨੰਬਰ ਅਗਰ ਤੁਸੀਂ ਚਾਹੋ ਮੈਂ ਦੇ ਦਿੰਦਾ ਜੀ, 8826 3 ਜੀ 8809 ਜੀ, ਮੈਂ ਇੱਕ ਵਾਰੀ ਦੁਬਾਰਾ ਬੋਲ ਦਿੰਦਾ 8826 3 ਜੀ 8809 ਜੀ 8826 3 8809 ਜੀ। ਬਹੁਤ ਬਹੁਤ ਅਤੇ ਮੇਰਾ ਈਮੇਲ ਆਈਡੀ ਵੀ ਮੈਂ ਬੋਲ ਦਿੰਦਾ BOC.IAF ਇੰਡੀਅਨ ਏਅਰਫੋਰਸ ਜੀ @yahoo.com ਜੀ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ HS ਡਾਰਲਿੰਗ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ।